ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੂਰੀ ਨਿੱਜਰ ਦਾ ਜੱਟ ਹੈਗਾ ਤੇ ਇੱਥੇ ਦਾ ਘਰ ਹੈਗਾ ਸਤਿਗੁਰੂ ਨਾਨਕ ਦੇਵ ਜੀ ਦਾ ਸਲੋਕ ਹੈਗਾ ਨਾਸਰੀ ਮਹੱਲਾ ਪਹਿਲਾ ਤੇ ਸਫ਼ਾ ਹੈਗਾ 662 ਇਹਦੇ ਚ ਕਹਿੰਦੇ ਨੇ ਕਾਇਆ ਕਾਗਜ਼ ਮਨ ਪਰਵਾਨਾ ਜਿਹੜੇ ਕਾਇਆ ਹੈਗੀ ਇਹ ਕਾਗਜ਼ ਹੈਗਾ ਯਾਨੀ ਕਿ ਜਿਹੜਾ ਤੁਹਾਡੇ ਲੇਖ ਲਿਖੇ ਨਾ ਉਹ ਤੁਹਾਡੇ ਦਿਲ ਤੇ ਲਿਖੇ ਹੋਏ ਨੇ ਇਹਨੂੰ ਮਨ ਜਿਹੜਾ ਇਹ ਲਿਖਦਾ ਹੈਗਾ ਇਹਦਾ ਹੈਗਾ ਨਾ ਜਿਹੜਾ ਕੁੱਕੂ ਹੈਗਾ ਨਾ ਬਰਡ ਇਸਨੂੰ ਦੇਖੋਗੇ ਕਿ ਇਹ ਆਂਡੇ ਹੋਰ ਦੇ ਆਲਣੇ ਚ ਦਿੰਦਾ ਹੈਗਾ ਤੇ ਉਹ ਜਿਹੜਾ ਬੱਚਾ ਨਿਕਲਦਾ ਹੈਗਾ ਨਾ ਉਦੋਂ ਜਿਹੜਾ ਪੰਛੀ ਹੁੰਦਾ ਨਾ ਉਹ ਉਹਨੂੰ ਪਾਲਦਾ ਹੈਗਾ ਤੇ ਜਦੋਂ ਬੱਚਾ ਨਿਕਲਦਾ ਨਾ ਉਹਦੇ ਚੋਂ ਆਂਡੇ ਚੋਂ ਉਦੋਂ ਅੱਖਾਂ ਵੀ ਨੀ ਖੁੱਲੀਆਂ ਹੁੰਦੀਆਂ ਉਹ ਜਿਹੜੇ ਦੂਏ ਆਂਡੇ ਹੁੰਦੇ ਨਾ ਵਿੱਚ ਉਹਦੇ ਪੈ ਹੋਏ ਉਹਨਾਂ ਨੂੰ ਬਾਹਰ ਸਿੱਟ ਦਿੰਦਾ ਹੈਗਾ ਇਹ ਹੁਣ ਤੁਸੀਂ ਦੇਖੋ ਕੁਦਰਤ ਦਾ ਹੈਗਾ ਵੀ ਇਹ ਇਹਨਾਂ ਕੁੱਕੂ ਵਿੱਚ ਚੱਲਦਾ ਹੀ ਆਇਆ ਯਾਨੀ ਕਿ ਇਹਨਾਂ ਦੇ ਮਨ ਦੇ ਉੱਤੇ ਲਿਖਿਆ ਹੁੰਦਾ ਵੀ ਆਹ ਹੈਗਾ ਤੂੰ ਕਰਨਾ ਤੇ ਇਸ ਲਈ ਕਹਿੰਦਾ ਵੀ ਇਹ ਜਿਹੜਾ ਕਾਇਆ ਕਾਗਜ਼ ਹੈਗੀ ਜਿਹੜਾ ਗੋਸਪਲ ਹੈਗਾ ਹਾਰਟ 'ਚ ਲਿਖਿਆ ਜਾਂਦਾ ਨਾ ਦਿਲ 'ਤੇ ਵੀ ਕਾਇਆ ਕਾਗਜ਼ ਹੈਗੀ ਮਨ ਹੈਗਾ ਪਰਵਾਨਾ ਮਨ ਜਿਹੜਾ ਹੈਗਾ ਉਹ ਕਲਮ ਲੈ ਲਓ ਜਾਂ ਪਰਵਾਨਾ ਜਿਹੜਾ ਲਿਖ ਕੇ ਉਹਨੇ ਲਿਆਂਦਾ ਹੈਗਾ ਜਿਹੜੇ ਪਿਛਲੇ ਸੀਗੇ ਜਨਮ ਦੇ ਲਿਖੇ ਹੋਏ ਸਿਰਕੇ ਲੇਖ ਨਾ ਪੜ੍ਹੇ ਇਹ ਆਨਾ ਜਿਹੜੇ ਧੁਰ ਤੋਂ ਲਿਖੇ ਹੋਏ ਨਾ ਵੀ ਤੂੰ ਕੀ ਕਰਨਾ ਹੈਗਾ ਇਸ ਦੁਨੀਆ 'ਚ ਆ ਕੇ ਉਹ ਪੜ੍ਹਦਾ ਨਹੀਂ ਹੈਗਾ ਦਰਗਾਹ ਗੜੀਏ ਕੀਨੇ ਲੇਖ ਕਹਿੰਦੇ ਉਸ ਦੀ ਦਰਗਾਹ 'ਚ ਤਿੰਨ ਹੈਗੇ ਨੇ ਰਜੋ ਤਮੋ ਅਤੇ ਸਤੋ ਤਿੰਨ ਕਿਸਮ ਦੇ ਆਦਮੀ ਹੈਗੇ ਨਾ ਟ੍ਰਿਨਿਟੀ ਹੈਗੇ ਨਾ ਟ੍ਰਿਨਿਟੀ ਟ੍ਰਿਨਿਟੀ ਜਿਹੜੇ ਹੈਗੇ ਨੇ ਬੇਮੁੱਖ ਮਨਮੁੱਖ ਗੁਰਮੁੱਖ ਬੇਮੁੱਖ ਰਜੋ ਇਹ ਖਾ ਪੀ ਲਿਆ ਅਤੇ ਜਿੱਦਾਂ ਸੀਗਾ ਆਪਣੇ ਮਹਾਦੇਵ ਤੇ ਮਨਮੁੱਖ ਹੈਗਾ ਪ੍ਰਿਸ਼ੀ ਚੰਦ ਤੇ ਗੁਰਮੁਖ ਹੋ ਗਏ ਅਰਜਨ ਇਹ ਰਜੋ ਤਮੋ ਤੇ ਸਤੋ ਇਹ ਹੈਗੇ ਨੇ ਲੇਖ ਲਿਖੇ ਹੋਏ ਦਰਗਾਹ ਗੜੀਏ ਤਿੰਨੇ ਲੇਖ ਤਿੰਨੋਂ ਲੇਖ ਹੈਗੇ ਰਜੋ ਤਮੋ ਤੇ ਸਤੋ ਤਿੰਨ ਕਿਸਮ ਦੇ ਆਦਮੀ ਹੁੰਦੇ ਨੇ ਖੋਟਾ ਕਾਮ ਨਾ ਆਵੇ ਵੇਖ ਜੇ ਆਦਮੀ ਹੈਗਾ ਇਹਦੇ ਚ ਅਗਰ ਵੀ ਤੁਸੀਂ ਚੰਗੇ ਕਰਮ ਕਰਨੇ ਜਾਂ ਮੰਦੇ ਮੰਦੇ ਕਰੋਗੇ ਤੇ ਖੋਟੇ ਬਣ ਜਾਓਗੇ ਜੇ ਚੰਗੇ ਕਰੋਗੇ ਤੇ ਚਾਂਦੀ ਹੋਏਗੀ ਵਿੱਚ ਲੋਕ ਸੁਣਾਉਣਗੇ ਇਸ ਕਰਕੇ ਜਿਹੜਾ ਆਪਣੇ ਹੈਗਾ ਨਾ ਆਪਣੇ ਡੇਵਿਡ ਕ੍ਰੋਸ ਹੈਗਾ ਨਾ ਆ ਟ੍ਰੈਂਗਲ ਤੇ ਨਹੀਂ ਰਜੋ ਤਮੋ ਸਤੋ ਦਿੱਤੇ ਨਾਲ ਵੀ ਇੱਕ ਟ੍ਰੈਂਗਲ ਤੇ ਦੂਈ ਉਲਟੀ ਇੱਕ ਸਿੱਧਾ ਇੱਕ ਉਲਟਾ ਆ ਗਏ ਨਾ ਤਿੰਨ ਨਾਲ ਵੀ ਇੱਧਰ ਤਿੰਨ ਇੱਧਰ ਰਜੋ ਤਮੋ ਸਤੋ ਦੇ ਹਿਸਾਬ ਨਾਲ ਤੇ ਆ ਹੈਗਾ ਜਿਹੜਾ ਪਾਰ ਬ੍ਰਹਮ ਪਰਾ ਬ੍ਰਹਮ ਦੀ ਲੋ ਹੈਗੀ ਸਾਰਿਆਂ 'ਚ ਇਹਨਾਂ ਦੇ ਲੇਖ ਲਿਖੇ ਹੋਏ ਨੇ ਜਿਹੜੇ ਰੇਡੀਓ ਤੋਂ ਸੋਚੋ ਇੱਕ ਪਾਸੇ ਹੈਗੇ ਚੰਗੇ ਇੱਕ ਪਾਸੇ ਮਾੜੇ ਯਾਨੀ ਕਿ ਜਿਹੜਾ ਖੱਬੇ ਹੱਥ ਹੁੰਦਾ ਉਹਨੂੰ ਮਾੜਾ ਕਹਿੰਦੇ ਅਤੇ ਸੱਜੇ ਹੱਥ ਹੋਵੇ ਉਹਨੂੰ ਕਹਿੰਦੇ ਚੰਗਾ ਹੈਗਾ ਅਤੇ ਖੋਟਾ ਕਾਮ ਆ ਗਏ ਵੇਖੇ ਵੇਖ ਜਿਹੜੇ ਖੋਟੇ ਹੈਗੇ ਯਾਨੀ ਕਿ ਜਿਹੜੇ ਚੰਗੇ ਨਹੀਂ ਹੈਗੇ ਤਿੰਨ ਕਿਸਮ ਦੇ ਚੰਗੇ ਅਤੇ ਤਿੰਨ ਕਿਸਮ ਦੇ ਮੰਦੇ ਜਿਹੜੇ ਚੰਗੇ ਹੈਗੇ ਨੇ ਉਹ ਤਾਂ ਕੰਮ ਆਉਂਦੇ ਨੇ ਜਿਹੜੇ ਮੰਦੇ ਨੇ ਉਹ ਨਹੀਂ ਕੰਮ ਆਉਂਦੇ ਖੋਟਾ ਕਾਮ ਆਖੇ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਜੇ ਉਹਦੇ 'ਚ ਚਾਂਦੀ ਹੋਵੇ ਰੂਪਾ ਕਹਿੰਦੇ ਚਾਂਦੀ
ਜਿਹੜੇ ਚਾਹੁੰਦੀ ਨਹੀਂ ਹੈਗੀ, ਯਾਨੀ ਕਿ ਉਹਨਾਂ ਦਾ ਜੇ ਉਹਨਾਂ ਨੇ ਜਿਹੜਾ ਇਹ ਹੈਗਾ ਨਾ ਕਲਯੁਗ ਵਿੱਚ ਜਾਤ ਜਿਹੜੀ ਹੁੰਦੀ ਆਪਦੀ, ਸਹਿ ਜਾਤ ਸਹਿ ਪਾਤ, ਤਿਉਹ ਜਿਹੇ ਕਰਮ ਕਮਾਓਗੇ, ਚੰਗੇ ਕਰਮ ਕਮਾਓਗੇ ਤੇ ਚੰਗੇ ਹੋਵੋਗੇ, ਮੰਦੇ ਕਰੋਗੇ ਤੇ ਫਿਰ ਰੂਪਾ ਜੀ ਵਿੱਚ ਹੋਏਗਾ, ਚਾਂਦੀ ਜੀ ਹੋਏਗੀ, ਚੰਗੇ ਕਰੋਗੇ ਤੇ ਚਾਂਦੀ ਪਾਓਗੇ। ਖਰਾ ਖਰਾ ਆਖੇ ਸਭ ਕੋਏ, ਸਾਰੇ ਕਹਿੰਦੇ ਵੀ ਮੈਂ ਵੀ ਚੱਕਾ, ਮੈਂ ਵੀ ਠੀਕ ਹੈ। ਚੋਰ ਵੀ ਕਹਿੰਦਾ ਮੈਂ ਵੀ ਠੀਕ ਹੈਗਾ, ਹਰ ਇੱਕ ਆਪਣੇ ਆਪ ਨੂੰ ਕਹਿੰਦਾ ਮੈਂ ਖਰਾ ਹੈਗਾ, ਮੈਂ ਠੀਕ ਹੈਗਾ, ਜੇ ਮੇਰੀ ਕੋਈ ਕਸਰ ਨਹੀਂ ਹੈਗੀ। ਰਹਾਓ ਕਾਦੀ ਕੂੜ ਬੋਲ ਮਲ ਖਾਏ, ਕਾਦੀ ਕਾਦੀ ਕੂੜ, ਕੂੜ ਹੁੰਦਾ ਇੱਕ ਹੁੰਦਾ ਸੱਚ, ਸੱਚ ਤੇ ਝੂਠ ਦਾ ਜੋੜਾ ਹੈਗਾ, ਇੱਕ ਹੈਗਾ ਕੂੜ ਤੇ ਸੱਚ ਦਾ। ਹੁਣ ਕਾਦੀ ਜਿਹੜਾ ਕਹਿੰਦਾ ਹੈਗਾ ਲੋਕਾਂ ਨੂੰ ਕਹਿੰਦਾ ਇਨਸ਼ਾਅੱਲਾ ਵੀ ਅੱਲਾ ਦੀ ਰਜ਼ਾ, ਪਰ ਕਰਦਾ ਹੈਗਾ ਆਪਣੀ ਰਜ਼ਾ। ਅੱਲਾ ਜਿਹੜਾ ਹੈਗਾ ਉਹ ਸ਼ਰੀਆ ਫਰੀ ਹੈਗਾ। ਇਹ ਜਿਹੜਾ ਕਾਜ਼ੀ ਦਾ ਇਸਲਾਮ ਹੈਗਾ ਇਹ ਹੈਗਾ ਸ਼ਰੀਆ ਵਾਲਾ ਹੈਗਾ, ਇਹ ਕੂੜ ਬੋਲਦਾ ਹੈਗਾ, ਯਾਨੀ ਕਿ ਠੀਕ ਨਹੀਂ ਹੈਗਾ ਇਹਦਾ ਇਸਲਾਮ, ਗਲਤ ਹੈਗਾ, ਸ਼ੈਤਾਨ ਦਾ ਇਸਲਾਮ ਹੈਗਾ। ਪਰ ਇਹ ਕੂੜ ਬੋਲ ਕੇ ਤਾਂ ਲੋਕਾਂ ਨੂੰ ਨਾ ਮਿੱਠਾ ਮਿੱਠਾ ਕੂੜ ਬੋਲ ਕੇ ਅਤੇ ਫਿਰ ਉਹਨਾਂ ਨੂੰ ਪੈਸੇ ਉਗਰਾਉਂਦਾ ਹੈਗਾ, ਅਤੇ ਉਹਦੇ ਬੈਠਾ ਹੈਗਾ ਇੱਕ ਰੂਲਰ ਬਣ ਕੇ, ਸੇਵਾਦਾਰ ਦਾ ਕੀ ਰੂਲਰ ਬਣ ਕੇ। ਬ੍ਰਾਹਮਣ ਨਾਵੇ ਜੀਆ ਗਾਏ, ਬ੍ਰਾਹਮਣ ਜਿਹੜਾ ਹੈਗਾ ਉਹ ਆਪਣੇ ਨਹਾਉਂਦਾ ਹੈਗਾ ਅਤੇ ਉਹ ਜੇ ਕੋਈ ਦੇਖਦਾ ਹੈਗਾ ਵੀ ਉਹ ਸ਼ੂਦਰ ਹੈਗਾ ਜਾਂ ਜਿਹੜਾ ਉਹਦੇ ਪਸੰਦ ਨਹੀਂ ਹੈਗਾ, ਜਿਹੜਾ ਆਦਮੀ ਗੰਦੇ ਕੰਮ ਕਰਦਾ ਨਾ ਉਹਨੂੰ ਉਹ ਨਹੀਂ ਚਾਹੁੰਦਾ, ਉਹਨੂੰ ਚਾਹੀਦਾ ਵੀ ਚਿੱਟੇ ਕੱਪੜੇ ਹੋਣ, ਬਗਲਾ ਬਗਲਾ ਹੋਵੇ, ਚਿੱਟੇ ਕੱਪੜੇ ਹੋਣ, ਉਹ ਪਸੰਦ ਹੈਗਾ। ਉਹ ਜਿਹੜਾ ਕੰਮ ਕਰਨ ਵਾਲਾ ਜਿਹੜਾ ਵਿਚਾਰਾ ਚੰਗਾ ਹੈਗਾ ਉਹਨੂੰ ਕਹਿੰਦਾ ਸ਼ੂਦਰ ਹੈਗਾ, ਜੇ ਉਹਨੂੰ ਕਹਿੰਦਾ ਪਰੇ ਹੱਟ ਪਰੇ ਹੱਟ। ਜੋਗੀ ਜੋਗ ਨਾ ਜਾਣੇ ਅੰਧ, ਜੋਗੀ ਜੋਗੀ ਹੈਗਾ ਯੋਗ ਕਰਦਾ ਹੈਗਾ, ਜਿੱਦਾਂ ਉੱਥੇ ਜਾਂਦੇ ਨੇ ਆਪਣੇ ਗੰਗਾ ਗੰਗਾ ਜਾਂਦੇ ਨੇ ਉੱਥੇ ਕਈ ਯੋਗੀ ਪੈਸੇ ਨੇ, ਉਹ ਯੋਗ ਕਰੀ ਜਾਂਦੇ ਨੇ ਆਪਣਾ, ਕੋਈ ਕੋਈ ਕਰ ਆਪਣਾ ਸਿਰ ਜ਼ਮੀਨ 'ਚ ਦੱਬ ਲੈਂਦਾ, ਕੋਈ ਕੁਛ ਕਰਦਾ ਹੈਗਾ, ਪਰ ਉਹ ਜਿਹੜੇ ਯੋਗ ਹੈਗੇ ਕੰਮ ਨਹੀਂ ਆਉਂਦੇ ਜਿੰਨਾ ਚਿਰ ਕਿ ਯੁਗਤ ਨਹੀਂ ਆਉਂਦੀ, ਉਹਦੇ ਨਾਮ ਜਪਣ ਦੀ ਯੋਗਤ ਨਹੀਂ ਆਉਂਦੀ। ਯੋਗੀ ਯੁਗਤ ਨਾ ਜਾਣੇ ਅੰਧ, ਫਿਰ ਅੰਧ ਹੈਗਾ ਉਹ ਯੁਗਤ ਦੇ ਬਿਨਾਂ। ਯੁਗਤ ਕੀ ਹੈਗੀ? ਲੋਜੀਕਲ ਰੀਜਨਿੰਗ, ਗੁਰ ਗੁਰ ਹੁੰਦਾ ਢੰਗ, ਕਈ ਜਣਾ ਸਵਾਲ ਕਰਿਆ ਤਾਂ ਗੁਰ ਕੀ ਹੈਗਾ, ਗੁਰ ਪਤਾ ਲੱਗ ਜਾਂਦਾ, ਢੰਗ ਸਵਾਲ ਨਿਕਲਿਆ ਹੁੰਦਾ ਹੈਗਾ। ਉਹ ਗੁਰ ਜਿਹੜਾ ਹੈਗਾ ਉਹ ਯੁਗਤ ਹੈਗੀ। ਯੋਗੀ ਯੁਗਤ ਨਾ ਜਾਣੇ ਅੰਧ, ਤੀਲੇ ਉਜਾੜੇ ਕਾ ਬੰਦ, ਤਿੰਨੋ ਜਿਹੜੇ ਹੈਗੇ ਕਾਜ਼ੀ ਹੋਏ, ਮੁੱਲਾ ਹੋਇਆ, ਬ੍ਰਾਹਮਣ ਹੋਇਆ ਜਾਂ ਯੋਗੀ ਹੋਇਆ, ਬਗੈਰ ਯੁਗਤ ਦੇ ਇਹੋ ਉਜਾੜੇ ਦਾ ਹੈਗੇ ਨੇ ਕਿ ਉਹਨਾਂ ਨੇ ਕਿਤਾਬਾਂ ਖੋਲ੍ਹ ਲੈਣੀਆਂ, ਕਿਤਾਬਾਂ ਪੜ੍ਹ ਕੇ ਤੁਹਾਨੂੰ ਕਹਿਣਾ ਆਹ ਪੜ੍ਹ ਆਹ ਲਿਖਿਆ ਵਿੱਚ। ਹੁਣ ਇਹਨਾਂ ਨੇ ਜਿਹੜਾ ਨਾ ਆਪਣੇ ਜਿਹੜੇ ਹਿੰਦੂ ਕਹਿੰਦੇ ਆਪਣੇ ਆਪ ਨੂੰ ਜਾਂ ਬ੍ਰਾਹਮਣ ਕਹਿੰਦੇ ਨੇ, ਇਹਨਾਂ ਨੂੰ ਪੁੱਛਦਾ ਹੁੰਦਾ ਮੈਂ ਹਾਥੀ ਜਿਹੜਾ ਗਣੇਸ਼ ਹੈ ਹਾਥੀ ਦਾ ਸਿਰ ਕਿਉਂ ਲਾਇਆ ਹੈਗਾ? ਕਿਸੇ ਨੂੰ ਨਹੀਂ ਪਤਾ, ਕਹਾਣੀ ਸੁਣਾ ਦੇਣਗੇ, ਇਹਦਾ ਮੋਰੋ ਨਹੀਂ ਪਤਾ ਕਿਸੇ ਨੂੰ। ਮੈਂ ਕਿਤਾਬ ਲਿਖੀ ਉਹਦੇ 'ਚ ਮੈਂ ਇਹੋ ਬਣਾਇਆ ਸੀਗਾ, ਹਾਂ ਗਣੇਸ਼ ਉੱਤੇ ਲਿਖਿਆ, ਉੱਤੇ ਸ਼ਰਮ, ਉੱਤੇ ਨੱਕ ਦੇ ਉੱਪਰ ਲਿਖਿਆ ਸ਼ਰਮ, ਸ਼ਰਮ ਧਰਮ ਦੇ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਨੇ ਲਾ ਲਓ। ਜਦੋਂ ਲੋਕਾਂ ਨੂੰ ਸ਼ਰਮ ਨਹੀਂ ਨਾ ਹੁੰਦੀ ਉਦੋਂ ਫਿਰ ਉਹ ਕੂੜ ਪ੍ਰਧਾਨ ਹੈਗਾ, ਸ਼ਰਮ ਹੁੰਦੀ ਆਪਣੇ ਖਾਨਦਾਨ ਦੀ। ਇੱਥੇ ਜਿਹੜਾ ਹੁੰਦਾ ਹੈਗਾ ਨੱਕ ਦਾ ਹੁੰਦਾ ਵੀ ਜਦੋਂ ਕੋਈ ਸ਼ੁਭ ਕਰਮ ਚੱਲਦੇ ਨਾ ਉਦੋਂ ਗਣੇਸ਼ ਦੀ ਪੂਜਾ ਕਰਦੇ ਨੇ, ਗਣੇਸ਼ ਉਹਨਾਂ ਨੂੰ ਫਿਰ ਉਹਨਾਂ ਦੇ ਨੱਕ ਨੂੰ ਯਾਦ ਪਾਉਂਦਾ ਵੀ
ਇੱਦਾਂ ਦਾ ਨਾ ਕੰਮ ਕਰੀ ਕਿ ਖਾਨਦਾਨ ਦਾ ਨੱਕ ਕਟਾ ਕੇ ਆ ਜਾਈ। ਤੁਹਾਡੀ ਨੱਕ ਨੂੰ ਯਾਦ ਕਰਾਉਣ ਲਈ ਨਾ ਉਹ ਫਿਰ ਗਣੇਸ਼ ਦੀ ਪੂਜਾ ਕਰਦੇ ਵੀ ਗਣੇਸ਼ ਦਾ ਸਾਰਿਆਂ ਨੂੰ ਵੱਡਾ ਨੱਕ ਹੈਗਾ। ਯਾਨੀ ਕਿ ਹੁਣ ਤੂੰ ਮਿਸ ਹੁਣ ਨਾ ਕਿ ਮੈਂ ਦੇਖਿਆ ਨਹੀਂ, ਨੱਕ ਨਹੀਂ ਦੇਖਿਆ, ਆਪਣਾ ਨੱਕ ਨਾ ਕਟਾ ਕੇ ਆ ਜਾਈ, ਇਹ ਹੁੰਦਾ ਇਹਦਾ ਮਤਲਬ ਹੁੰਦਾ ਪੂਜਾ ਕਰਨ ਦਾ ਇਹਦਾ। ਸੋ ਜੁਗਤ ਜਾਣੇ ਜੁਗਤ ਪਛਾਣੇ ਗੁਰ ਪ੍ਰਸਾਦੀ ਇੱਕੋ ਜਾਣੇ ਗੁਰ, ਗੁਰ ਹੁੰਦਾ ਢੰਗ। ਆਪ ਸਵਾਲ ਕਰਨਾ ਹੈਗਾ ਤਾਂ ਢੰਗ ਕੀ ਹੈਗਾ, ਇਹ ਢੰਗ ਜਿਹੜਾ ਹੈਗਾ ਨਾਮ ਦਾ ਢੰਗ ਹੈਗਾ ਉਹ ਹੈਗਾ ਲੋਜੀਕਲ ਰੀਜਨਿੰਗ। ਲੋਜੀਕਲ ਰੀਜਨਿੰਗ ਦੀ ਐਂਡ ਪ੍ਰੋਡਕਟ ਜਿਹੜਾ ਨੈਕਚਰ ਹੈਗਾ ਉਹਨੂੰ ਲੋਗੋ ਕਹਿੰਦੇ ਨੇ, ਲੋਗੋ ਉਹਦਾ ਨਾਂ ਹੈਗਾ। ਇਸ ਕਰਕੇ ਗੁਰ ਪ੍ਰਸਾਦੀ, ਗੁਰ ਦਾ ਜਿਹੜਾ ਉਹਦਾ ਪ੍ਰਸਾਦ ਹੈਗਾ ਯਾਨੀ ਕਿ ਤੱਤ ਮੋਲ ਲੋਗੋ ਉਹ ਹੈਗਾ ਉਹਦਾ ਨਾਂ। ਉਹਦੇ ਰਾਹੀਂ ਗੁਰ ਪ੍ਰਸਾਦੀ ਇੱਕੋ ਜਾਣੇ, ਫਿਰ ਇੱਕੋ ਜਾਣਦਾ ਪਾਰ ਬ੍ਰਹਮ ਨੂੰ। ਉਹ ਪਾਰ ਬ੍ਰਹਮ ਦੇ ਹੈਗੇ ਨਾਂ ਹੈਗੇ ਨੇ ਹਿੰਦੂ ਵਿੱਚ ਉਹਨੂੰ ਐਲੋਹੀਅਮ ਕਹਿੰਦੇ ਨੇ, ਆਪਣੇ ਪੰਜਾਬੀ 'ਚ ਪਾਰ ਬ੍ਰਹਮ ਅਤੇ ਅਰਬੀ 'ਚ ਕਹਿੰਦੇ ਅੱਲਾ। ਇਹ ਅੱਲਾ ਪਾਰ ਬ੍ਰਹਮ ਅਤੇ ਐਲੋਹੀਅਮ ਇੱਕੋ ਚੀਜ਼ ਹੈਗੀ। ਇਹ ਹੈਗੇ ਨੇ ਸੁਪਰ ਨੈਚੁਰਲ ਫਾਦਰ ਅਤੇ ਇੱਕ ਨੈਚੁਰਲ ਫਾਦਰ ਹੈਗੇ ਜਿਹੜੇ ਆਹ ਹੈਗੇ ਨੇ, ਇਹ ਬ੍ਰਹਮਾ ਨੇ ਬਣਾਇਆ। ਬ੍ਰਹਮਾ ਨੇ ਜਿਹੜੀ ਵੀ ਚੀਜ਼ ਨਜ਼ਰ ਆਉਂਦੀ ਬ੍ਰਹਮਾ ਦੀ ਸ੍ਰਿਸ਼ਟੀ ਹੈਗੀ। ਪਾਰ ਬ੍ਰਹਮ ਦੀ ਜਿਹੜੀ ਹੈ ਰੂਹ ਹੈਗੀ ਵਿੱਚ। ਅਤੇ ਇਸ ਤਰ੍ਹਾਂ ਜਿਹੜਾ ਪਾਰ ਬ੍ਰਹਮ ਹੈਗਾ ਉਹਦੇ ਹੈਗਾ ਐਲੋਹੀਅਮ ਕਹਿ ਲਓ, ਉਹਨੂੰ ਅੱਲਾ ਕਹਿ ਲਓ, ਉਹਨੂੰ ਪਾਰ ਬ੍ਰਹਮ ਕਹਿ ਲਓ, ਇੱਕੋ ਗੱਲ ਹੈਗੀ। ਸਾਰਿਆਂ ਨੂੰ ਫਿਰ ਇੱਕੋ ਹੀ ਜਾਣਦਾ ਹੈਗਾ ਵੀ ਉਹਨਾਂ ਬ੍ਰਹਮ ਜਿਹੜੇ ਪਾਰ ਹੈਗੇ ਨਾ ਮੁੱਲਾ ਮੁੱਲਾ ਨੇ ਪੁੱਛੋ ਵੀ ਅੱਲਾ ਦਾ ਓਰੀਜਨ ਕੀ ਹੈਗਾ, ਅੱਲਾ ਕਿਉਂ ਕਹਿੰਦੇ ਹੋ ਤੁਸੀਂ, ਅੱਲਾ ਦਾ ਇੱਥੇ ਕਿੱਥੋਂ ਹੈਗਾ, ਨਿਕਲਦਾ ਕਿੱਥੋਂ ਹੈਗਾ। ਅੱਲਾ ਹੈਗਾ ਬਣਿਆ ਇੱਲਾ ਤੋਂ, ਇੱਲਾ ਹੁੰਦੇ ਜੀ ਕਬੀਲੇ ਦੇ ਪਿਓ, ਕਾਬਾ ਰੱਖੇ ਹੋਏ 365 ਕਿੰਡੇ ਰੱਖੇ ਹੋਏ ਸੀਗੇ, ਹਰ ਇੱਕ ਕਬੀਲੇ ਨੇ ਆਪਣਾ ਆਪਣਾ ਬੁੱਤ ਰੱਖਿਆ ਸੀ, ਉਹਨੂੰ ਇੱਲਾ ਕਹਿੰਦੇ ਸੀ। ਇੱਲਾ ਇਹ ਹੈਗਾ ਅਲ ਇੱਲਾ ਦੀ ਫਾਦਰ, ਦੀ ਸਪਿਰਚੁਅਲ ਫਾਦਰ, ਇਹ ਹੈਗਾ ਅੱਲਾ ਦੀ ਤ੍ਰਿਸ਼ਨੀ। ਅਤੇ ਇਹਨਾਂ ਮੁੱਲਾਂ ਨੂੰ ਪੁੱਛ ਲਓ ਵੀ ਅੱਲਾ ਜੀ ਕਰਦੇ ਆ, ਅੱਲਾ ਦੀ ਤ੍ਰਿਸ਼ਨੀ ਦੱਸੋ ਤਾਂ ਕੀ ਹੈਗੀ, ਇਹ ਕਿੱਥੋਂ ਨਿਕਲਿਆ ਹਰ ਕੁਛ ਨਹੀਂ ਪਤਾ। ਇਹ ਹੈਗੇ ਅੰਨੇ, ਕੂੜ ਬੋਲਦੇ ਨੇ, ਕੂੜ ਕਿਤਾਬ ਪੜ੍ਹ ਕੇ ਸੁਣਾ ਦਿੰਦੇ ਨੇ। ਗੁਰ ਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ, ਕਾਜੀ ਹੈਗਾ ਉਲਟੀ ਕਰੇ, ਉਲਟੀ ਕਹਿੰਦਾ ਹੈਗਾ ਵੀ ਉਹ ਜਿਹੜਾ ਹੈਗਾ ਅੱਲਾ ਹੈਗਾ ਸ਼ਰੀਆ ਫਰੀ ਹੈਗਾ, ਉਹਦੇ 'ਤੇ ਸ਼ਰੀਆ ਨਹੀਂ ਲੱਗਦੀ ਅਤੇ ਤੂੰ ਉਹ ਸ਼ਰੀਆ ਲਾਈ ਜਾਂਦਾ ਉੱਪਰ, ਸੁਨਤ ਕਰੋ ਜੀ ਤੁਹਾਡੇ ਤੁਸੀਂ ਹੋਵੋਗੇ, ਉੱਥੇ ਹੱਜ ਹੋ ਕੇ ਆਓ ਜੀ, ਪ੍ਰੇਅਰ ਕਰੋ ਜੀ, ਇਹ ਸਾਰੀਆਂ ਚੀਜ਼ਾਂ ਉਲਟੀਆਂ ਹੈਗੀਆਂ ਨੇ। ਜਦੋਂ ਉਹਨੂੰ ਇੱਕੋ ਪਤਾ ਲੱਗ ਜਾ ਪਾਰ ਬ੍ਰਹਮ ਦਾ, ਫਿਰ ਉਹ ਪਾਰ ਬ੍ਰਹਮ ਅੰਦਰ ਹੈਗਾ, ਆਹ ਹੈਗਾ ਨਾ ਹਰਿਮੰਦਰ, ਹਰਿਮੰਦਰ ਦੇ ਵਿੱਚ ਹਰ ਰਹਿੰਦਾ ਹੈਗਾ, ਉਹ ਬਾਹਰ ਨਹੀਂ ਹੈਗਾ, ਪਾਰ ਬ੍ਰਹਮ ਅੰਦਰ ਹੈਗਾ। ਜੇ ਤੁਹਾਡਾ ਅੰਦਰੋਂ ਮੈਲ ਹੈ ਨਹੀਂ, ਲੋਭ ਰਸ ਹੈ ਨਹੀਂ ਅੰਦਰ, ਜੇ ਲੋਭ ਰਸ ਹੈਗਾ ਤਾਂ ਸ਼ੈਤਾਨ ਅੰਦਰ ਹੈਗਾ, ਤਾਂ ਪਾਰ ਬ੍ਰਹਮ ਬਾਹਰ ਹੈਗਾ। ਅਤੇ ਉਹ ਜਿਹੜਾ ਹੈਗਾ ਆਦਮੀ ਉਹ ਫਿਰ ਇੱਕੋ ਹੀ ਜਾਣਦਾ ਹੈਗਾ। ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ, ਗੁਰ ਪ੍ਰਸਾਦੀ ਯਾਨੀ ਗੁਰ, ਉਹਦਾ ਗੁਰ ਪ੍ਰਸਾਦੀ ਦਾ ਉਹਦਾ ਨਾਂ ਲੈ ਕੇ ਲੋਗੋ ਲੋਜੀਕਲ ਰੀਜਨਿੰਗ ਨਾਲ, ਉਹ ਫਿਰ ਜਿਹੜਾ ਹੁੰਦਾ ਨਾ ਆਪਣੇ ਅਕੀਜਾ ਹੁੰਦਾ ਨਾ, ਅਕੀਜੇ ਨੂੰ ਇਹਦਾ ਹੀ ਪਤਾ ਹੁੰਦਾ ਸਰੀਰ ਦਾ, ਸ਼ਰੀਆ ਅਤੇ ਫਲਾਨਾ ਅਤੇ ਸਾਰਾ ਜਿੱਦਾਂ ਕਰਦੇ ਨੇ, ਉੱਥੇ ਸੁਨਤ ਕਰੋ ਜੀ ਤਦ ਤੂੰ ਮੁਸਲਮਾਨ ਬਣੇਗਾ। ਮੁਸਲਮਾਨ ਤਾਂ ਹੁੰਦਾ ਤਿੰਨ, ਉਹਦੇ ਚਾਰ ਚੀਜ਼ਾਂ ਹੋਣੀਆਂ ਚਾਹੀਦੀਆਂ, ਸ਼ਰਮ ਹੋਵੇ, ਸੱਚ ਬੋਲੇ, ਸੰਤੋਖੀ ਔਰ ਦਇਆਵਾਨ, ਚਾਰ ਚੀਜ਼ਾਂ ਹੋਣ ਤਾਂ ਉਹ ਤਾਂ ਉਹਨੂੰ ਮੁਸਲਮਾਨ ਕਹੀਦਾ ਹੈਗਾ, ਪਰ ਇਹ ਤਾਂ ਆਪਣੇ ਸੁਨਤ ਕਰਕੇ ਮੁਸਲਮਾਨ ਬਣਾ ਦਿੰਦੇ ਨੇ, ਸ਼ਰੀਆ ਦੀ ਸੁਨ ਸ਼ਰੀਆ ਦਾ ਮੁਸਲਮਾਨ ਬਣ ਜਾਂਦਾ ਹੈਗਾ।
ਉਹਨੂੰ ਕੁਛ ਆਉਂਦਾ ਜਾਂਦਾ ਕੁਛ ਨਾ ਹੋਵੇ ਭਾਵੇਂ। ਕਾਜੀ ਸੋ ਜੋ ਉੱਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ। ਬ੍ਰਾਹਮਣ ਜਿਹੜਾ ਹੈਗਾ ਉਹ ਹੈਗਾ ਉਹ ਉਹਨੇ ਬ੍ਰਹਮ ਨੂੰ ਵਿਚਾਰਨਾ ਹੈਗਾ। ਇਹ ਸਾਰੀ ਜਿਹੜੀ ਹੈਗੀ ਤੁਹਾਡੀ ਸ੍ਰਿਸ਼ਟੀ ਹੈਗੀ, ਦੋ ਅੱਖਾਂ ਨਾਲ ਜਿਹੜੀ ਨਜ਼ਰ ਆਉਂਦੀ, ਇਹ ਸਾਰੇ ਭਾਂਡੇ ਹੈਗੇ ਨੇ। ਭਾਂਡਿਆਂ ਦੇ ਵਿੱਚ ਰੂਹ ਜਿਹੜੀ ਹੈਗੀ ਉਹ ਪਾਰ ਬ੍ਰਹਮਦੀ ਹੈਗੀ। ਆਹ ਭਾਂਡਾ ਹੈਗਾ ਨਿੱਜਰ, ਇਹਦੇ ਵਿੱਚ ਰੂਹ ਜਿਹੜੀ ਹੈਗੀ ਉਹ ਪਾਰ ਬ੍ਰਹਮਦੀ ਹੈਗੀ। ਤੇ ਇਸ ਕਰਕੇ ਬ੍ਰਹਮ ਦਾ ਕੰਮ ਹੈਗਾ ਕਿ ਇਸ ਭਾਂਡੇ ਨੂੰ ਜਾਣਨਾ, ਲੋਕਾਂ ਨੂੰ ਦੱਸਣਾ ਵੀ ਆਹ ਤੁਹਾਡਾ ਭਾਂਡਾ ਹੈਗਾ। ਤੇ ਹਿੰਦੂ ਦੀ ਜਿਹੜੀ ਡੈਫੀਨੇਸ਼ਨ ਹੈਗੀ ਉਹ ਹੈਗੀ, ਆਪਣੇ ਪਿੰਡ 'ਚ ਕੋਈ ਗਿਆਨ ਆਦਮੀ ਆਇਆ ਨਾ, ਉਹ ਕਹੀਏ ਤਾਂ ਹੁੰਦਾ ਕੌਣ ਹੈ? ਉਹ ਹੁੰਦਾ ਹੁੰਦਾ ਮੈਂ ਜਿਹੜੀ ਹੋਂਦ ਕੀ ਹੈਗੀ, ਤੇਰੀ ਹਸਤੀ ਕੀ ਹੈਗੀ, ਉਹ ਫਿਰ ਦੱਸਦਾ ਵੀ ਮੈਂ ਫਲਾਣੇ ਦਾ ਪੁੱਤਰ ਹੈਗਾ, ਫਲਾਣੇ ਪਿੰਡ ਦਾ ਰਹਿਣ ਵਾਲੇ ਹੈਗੇ ਹਾਂ, ਅਤੇ ਆਹ ਹੈਗਾ ਆਪਣੀ ਜਦੋਂ ਜਾਨ ਜਾਤੀ ਔਰ ਬਾਸੀ ਦੱਸਦਾ ਨਾ, ਉਹ ਤਦ ਹਿੰਦੂ ਬਣਦਾ ਹੈਗਾ, ਉਹਨੂੰ ਹਿੰਦੂ ਕਹੀਦਾ ਹੈਗਾ। ਬੋਧੀ ਜਨੋ ਵਾਲੇ ਨੂੰ ਹਿੰਦੂ ਨਹੀਂ, ਬੋਧੀ ਜਨੋ ਵੀ ਆਪਣੀ ਜਾਤੀ ਵਾਸੀ ਨਹੀਂ ਦੱਸਦਾ ਤੇ ਉਹ ਹਿੰਦੂ ਨਹੀਂ ਹੁੰਦਾ, ਹਰਾਮੀ ਹੁੰਦਾ ਹੈਗਾ। ਜਦੋਂ ਮੈਂ ਦੱਸਿਆ ਨਾ ਮੈਂ ਪਟੋਰੀ ਨਹੀਂ ਚੜਾਉਂਦਾ ਜੱਟ ਹੈਗਾ, ਮੈਂ ਹਿੰਦੂ ਹੈਗਾ। ਜਿੰਨਾ ਚਿਰ ਆਦਮੀ ਹਿੰਦੂ ਨਹੀਂ ਬਣਦਾ ਉਨਾ ਚਿਰ ਸਿੱਖ ਨਹੀਂ ਬਣ ਸਕਦਾ। ਜਦੋਂ ਕੱਚੇ ਪਿਓ ਦਾ ਨਹੀਂ ਬਣਦਾ, ਪੱਕੇ ਪਿਓ ਦੀ ਸੁਰਤੀ ਕਿੱਧਰੋਂ ਆਜੂਗੀ? ਤੇ ਹੈਗਾ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਉਹਦਾ ਕੰਮ ਹੈਗਾ ਬ੍ਰਹਮ ਦਾ ਵਿਚਾਰ ਕਰਨਾ। ਜੌਨ ਦੀ ਬਾਪਟਿਸਟ ਸੀਗਾ ਨਾ, ਉਹ ਪ੍ਰੋਫਿਟ ਆਇਆ ਸੀਗਾ, ਇਹ ਪ੍ਰੋਫਿਟ ਤੇ ਇਹ ਲਾਸਟ ਪ੍ਰੋਫਿਟ ਸੀਗਾ ਦੁਨੀਆ 'ਚ ਆਇਆ। ਜੌਨ ਲੂਕ 16 ਵਰਸ 16 ਨੂੰ ਪ੍ਰੋਫਿਟ ਹੁੰਦੇ ਨੇ ਵਿਪ ਮਾਸਟਰ ਬ੍ਰਾਹਮਣਾਂ ਨੂੰ, ਉਹਨਾਂ ਉਹ ਗਲਤੀ ਕਰਨ ਉਹਨਾਂ ਨੂੰ ਸਿੱਧੇ ਰਾਹ ਪਾਉਣਾ। ਉਸੇ ਜਰੂਸਲਮ ਵਿੱਚ ਉਹ ਉਲਟੇ ਕੰਮ ਕਰਨ ਡਿਆ ਸੀਗੇ, ਉਹ ਜਿਸਮ ਦਾ ਜੀਵ ਬਣਾਈ ਜਾਂਦੇ ਜੀ ਲੋਕਾਂ ਨੂੰ। ਜਦੋਂ ਜਿਸਮ ਦਾ ਜੀਵ ਬਣਦੇ ਨੇ, ਉਦੋਂ ਇਬਰਾਹਿਮ ਨਾਲ ਉਹਦਾ ਚੋਲਕ ਜਾਂ ਕੋਵਨੈਂਟ ਟੁੱਟ ਜਾਂਦਾ ਹੈਗਾ। ਕੋਈ ਇਬਰਾਹਿਮ ਜੀਵ ਨਹੀਂ ਸੀਗਾ, ਜੇ ਉਹ ਜੀਵ ਹੁੰਦਾ ਤਾਂ ਇਸਮਾਇਲ ਦੇ ਪੁੱਤਰ ਵੀ ਜੀਵ ਹੋਣੇ ਸੀਗੇ। ਉਹਦਾ ਹੈਗੇ ਨੇ ਅਰੇਬੀਅਨ ਹੈਗੇ ਜੈਂਟਾਈਲ, ਉਹ ਜੀਵ ਨਹੀਂ ਹੈਗੇ। ਇਸ ਕਰਕੇ ਜੀਵ ਚ ਜਦੋਂ ਆਦਮੀ ਆਪ ਕਹਿੰਦਾ ਨਾ, ਸਿੱਖ ਕੌਮ ਬਣਾ ਲੈਂਦਾ ਨਾ ਆਦਮੀ, ਮੇਰੀ ਕੌਮ ਜੱਟ ਹੈਗੀ, ਜੇ ਮੈਂ ਆਪਣੀ ਕੌਮ ਸਿੱਖ ਕੌਮ ਬਣਾਵਾਂ, ਦੋ ਕੌਮਾਂ ਤਾਂ ਹੋ ਨਹੀਂ ਸਕਦੀਆਂ। ਵੀ ਕੌਮ ਵੀ ਹੁੰਦਾ ਨਾ ਪ੍ਰਾਣੀ ਦੀ ਸੱਟ ਹੈਗਾ ਪਛਾਣ ਲਈ, ਤੇ ਦੋ ਕੌਮਾਂ ਨਹੀਂ ਹੋ ਸਕਦੀਆਂ। ਜਦੋਂ ਮੈਂ ਆਪਣੀ ਜੱਟ ਕੌਮ ਨੂੰ ਜਵਾਬ ਦੇ ਸਿੱਖ ਕੌਮ ਬਣਾ ਲਵਾਂ, ਮੈਂ ਪੱਕਾ ਹਰਾਮੀ ਬਣਦਾ। ਇਹਨੂੰ ਕਹਿੰਦੇ ਸ਼ੰਕਰ ਵਰਣੀ ਹੈ। ਤੇ ਇਸ ਤਰ੍ਹਾਂ ਜਿਹੜਾ ਪਹਿਲਾ ਆਇਆ ਸੀ ਪ੍ਰੋਫਿਟ ਦੁਨੀਆਂ 'ਚ ਕਲਯੁਗ ਵਿੱਚ, ਉਹ ਜੌਨ ਦੀ ਬਾਪਟਿਸਟ ਸੀਗਾ। ਉਹਨੇ ਲੋਕਾਂ ਨੂੰ ਆਪਣੇ ਪਿਓ ਦਾ ਬਣਾਇਆ, ਇਬਰਾਹਿਮ ਦਾ ਬਣਾਇਆ, ਉਹ ਜੀਵ ਬਣ ਗਿਆ ਸੀ ਜਿਸਮ ਦੇ। ਉਹਨਾਂ ਕਿਹਾ ਜਿਸਮ 'ਤੇ ਨਹੀਂ ਬਣਿਆ, ਦਿਲ 'ਤੇ ਬਣਦਾ ਹੁੰਦਾ ਜੀਵ, ਇਹ ਰੂਹਾਨੀ ਚੀਜ਼ ਹੈਗੀ, ਦੁਨਿਆਵੀ ਨਹੀਂ ਹੈਗੀ। ਉਹ ਜੱਟ ਨਿੱਜਰ ਜੰਮਿਆ, ਨਿੱਜਰ ਮਰੇਗਾ, ਠੀਕ ਹੈ। ਇੱਦਾਂ 1984 'ਚ ਇੱਕ ਵੀ ਨਹੀਂ ਸਿੱਖ ਮਰਿਆ, ਕਿਉਂ ਸਿੱਖ ਹੁੰਦਾ ਨਾਦੀ ਰੂਪ, ਬੋਲਿਆਂ ਪਤਾ ਲੱਗਦਾ ਇਹਨੇ ਕੀ ਸਿੱਖਿਆ ਹੈਗਾ। ਸਪਿਰਚੁਅਲ ਸੈਲਫ ਆ ਗਿਆ, ਫਿਜੀਕਲ ਸੈਲਫ ਨਹੀਂ ਹੈਗਾ। ਉੱਥੇ 1984 'ਚ ਕੋਈ ਜੱਟ ਮਰਿਆ, ਕੋਈ ਖੱਤਰੀ ਮਰਿਆ, ਕੋਈ ਅਰੋੜਾ ਮਰਿਆ, ਕੋਈ ਤਰਖਾਣ, ਕੋਈ ਲੁਹਾਰ, ਇਹ ਲੋਕ ਮਰੇ ਸੀਗੇ। ਪਗੜੀ ਬਣ ਲਈ, ਦਾੜੀ ਰੱਖ ਲਈ ਅਤੇ ਹਮ ਸਿੱਖ ਹੈ। ਦਾੜੀ ਜਿਹੜੇ ਸਿੱਖੀ ਹੈਗੀ, ਸ਼ਕਲ ਦੀ ਨਹੀਂ ਹੈਗੀ, ਇਹ ਅਕਲ ਦੀ ਹੈਗੀ। ਅਕਲ ਕੀ ਹੈਗੀ ਤੁਹਾਡੇ ਕੋਲ? ਇਹ ਸ਼ਕਲ ਦੇ ਸਿੱਖ ਬਣ ਕੇ ਉੱਥੇ ਗੁਰਦੁਆਰੇ ਗਿਆ ਤਾਂ ਪ੍ਰਸ਼ਾਦ ਲੈ ਗਿਆ, ਉੱਥੇ 5 ਰੁਪਏ ਉੱਥੇ ਰੱਖੇ, 5 ਰੁਪਏ ਉੱਥੇ ਰੱਖੇ। ਗਿਆਨੀ ਵੀ ਖੁਸ਼ ਹੈਗੇ ਨੇ, ਉਹ ਵੀ ਹੈਗੇ ਨੇ ਮਨਮੁੱਖ ਪੱਕੇ। ਅਤੇ ਉਹ ਆ ਗਿਆ ਜੀ, ਮੈਂ ਗੁਰਦੁਆਰੇ ਆਇਆ। ਮੈਂ ਸਿੱਖਿਆ ਕੀ ਹੈਗਾ? ਆਪਣੀ ਉਹ ਸਿੱਖ ਕੌਮ ਕਹਿ ਕੇ ਉਹਨਾਂ ਸਿੱਖ ਕੌਮ ਬਣਾ ਦਿੱਤੀ ਮੇਰੀ ਉਹਨਾਂ ਨੇ ਜੀ। ਇਸ ਕਰਕੇ ਜਿਹੜੇ ਹੁੰਦੇ ਆਦਮੀ, ਉਹਨਾਂ 'ਚ ਕੌਮ, ਉਹਨਾਂ 'ਚ ਜਾਤੀ ਨਹੀਂ ਹੁੰਦੀ, ਸਿੱਖਾਂ 'ਚ ਜਾਤੀ ਨਹੀਂ ਹੁੰਦੀ। ਉਹਨੂੰ ਪੱਕਾ ਹਰਾਮੀ ਬਣਾ ਕੇ ਨਾ ਗੁਰਦੁਆਰਿਆਂ ਘੱਲਿਆ ਕਰ, ਅਤੇ ਉਹ ਬੜਾ ਖੁਸ਼ ਹੈਗਾ। ਤਦੇ 1984 'ਚ
ਇੱਦਾਂ ਦੇ ਪੁੱਠੇ ਹਰਾਮੀ ਜਿਹੜੇ ਸੀਗੇ ਉਹ ਮਰੇ ਸੀਗੇ, ਜਿਹਨੂੰ ਨਹੀਂ ਜਿਹਨਾਂ ਨੂੰ ਅਕਲ ਸੀਗੀ, ਜਿਹਨਾਂ ਨੂੰ ਕੁਛ ਸਿੱਖਿਆ ਸੀ, ਉਹਨਾਂ ਨੇ ਲੋਕਾਂ ਨੂੰ ਪ੍ਰਚਾਰ ਕੀਤਾ, ਉਹਨਾਂ ਨੂੰ ਕੁਛ ਨਹੀਂ ਆਉਣਾ ਚਾਹੀਦਾ। ਸਾਡੇ ਹਰਿਆਣੇ ਚ ਸੀਗੇ, ਉੱਥੇ ਜੱਟ ਹੈ ਕਹਿੰਦੇ, ਜੱਟ ਸੀਗੇ ਉਹ, ਜੱਟ ਜਿਹੜੇ ਸੀਗੇ ਉਹ ਦੂਏ ਜਿਹੜੇ ਸੀਗੇ ਪਗੜੀ ਵਾਲੇ ਜੱਟ, ਜਿੱਦਾਂ ਪੰਜਾਬ ਦੇ ਸੀ ਆਪਾਂ, ਉਹ ਆਪਣੇ ਆਪ ਨੂੰ ਕੌਮ ਆਪਣੀ ਸਿੱਖ ਦੱਸਣ ਲੱਗ ਪਏ ਕਿ ਸਿੱਖਾਂ ਦੇ ਪੁੱਤਰ ਹੈਗੇ। ਸਿੱਖ ਦਾ ਪੁੱਤਰ ਨਹੀਂ ਹੁੰਦਾ, ਸਿੱਖ ਦਾ ਭਾਈ ਹੁੰਦਾ ਹੈਗਾ, ਇਸ ਕਰਕੇ ਇੱਕ ਦੂਜੇ ਨੂੰ ਭਾਈ ਕਹੀਦਾ ਹੈਗਾ। ਤੇ ਜਦੋਂ ਉਹ ਜੱਟ ਨਹੀਂ ਰਹੇ, ਕੌਮ ਮੇਰੀ ਜੱਟ ਗਈ, ਜੇ ਮੈਂ ਸਿੱਖ ਜੱਟ ਕਹਾਂ ਜਾਂ ਹਿੰਦੂ ਜੱਟ ਕਹਾਂ ਜਾਂ ਮੁਸਲਮਾਨ ਜੱਟ ਕਹਾਂ, ਇਹ ਕੋਈ ਕੌਮਾਂ ਨਹੀਂ ਹੈਗੀਆਂ, ਇਹਦੇ ਨਾਲ ਮੈਂ ਹਰਾਮੀ ਬਣਦਾ। ਇਸ ਕਰਕੇ 1984 'ਚ ਹਰਾਮੀਆਂ ਨੇ ਹਰਾਮੀ ਮਾਰੇ ਸਨ, ਇਹਨਾਂ ਨੂੰ ਕੇਸ ਕਹਿੰਦੇ ਉਹਦੇ ਬਾਈਬਲ ਦੇ ਹਿਸਾਬ ਨਾਲ। ਮਾਥੇ 13:24-30 ਪੜ੍ਹਨ ਵਾਲੀ ਹੈਗੀ ਉਹ, ਅੱਜ ਹੁਣ ਉਹ ਲੱਗ ਰਹੀ ਹੈਗੀ ਦੁਨੀਆਂ 'ਤੇ, ਲੋਕ ਮਰ ਰਹੇ ਨੇ। ਕਿਉਂ? ਉਹ ਆਪਣਾ ਪਿਓ ਭੁੱਲ ਗਏ ਨੇ। ਜੇ ਪਿਓ ਯਾਦ ਰੱਖੋਗੇ ਉਹ ਤੁਹਾਡਾ 'ਤੇ ਹੱਥ ਰੱਖੇਗਾ ਅਤੇ ਤੁਸੀਂ ਫਿਰ ਬਚ ਜਾਓਗੇ। ਜੇ ਇਹ ਜਿਹੜਾ ਬ੍ਰਹਮ ਦਾ ਵਿੱਚ ਜਿਹੜਾ ਹੈਗਾ ਪਿਓ, ਕਪੀਰੀਅਰ ਦਾ ਪਿਓ ਹੈਗਾ, ਜੇ ਉਹਦੀ 'ਚ ਇੰਨੀ ਤਾਕਤ ਹੈਗੀ, ਪਾਰ ਬ੍ਰਹਮ ਦੇ ਪਿਓ ਜਿਹੜਾ ਹੈਗਾ ਉਹਦੀ ਕਿੰਨੀ ਤਾਕਤ ਹੋਏਗੀ। ਇਸ ਕਰਕੇ ਜਿਹੜਾ ਪਾਰ ਬ੍ਰਹਮ ਦਾ ਕੰਮ ਕਰਦਾ ਹੈਗਾ, ਉਹਦਾ ਨਿਸ਼ਾਨ ਹੈਗਾ, ਉਹ ਪ੍ਰਚਾਰ ਕਰਦਾ ਹੈਗਾ, ਉਹ ਸਮਰੱਥ ਹੈਗਾ। ਇਸੇ ਲੋਕ ਮੈਂ ਕਹਿ ਰਿਹਾ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਆਪ ਤਰੇ ਸਗਲੇ ਕੋਲ ਸਾਰੇ, ਆਪ ਤਰੇ ਅਤੇ ਆਪਣੀ ਤਰਦਾ ਹੈਗਾ। ਇਹ ਜਿਹੜੇ ਬ੍ਰਾਹਮਣ ਹੈਗੇ ਨੇ ਕੰਮ ਕਰਨ ਵਾਲੇ, ਬ੍ਰਾਹਮਣ ਵਰਨ ਹੈਗਾ, ਕੌਮ ਨਹੀਂ ਹੈਗੀ। ਇਹਦੇ ਜਿਹੜੇ ਕੰਮ ਕਰਨ ਵਾਲੇ, ਕੋਈ ਸਾਫ਼ਸਤ ਹੋਇਆ, ਕੋਈ ਗੌਰ ਹੋਇਆ, ਕੋਈ ਮੋਹਿਆਲ ਹੋਇਆ, ਇੱਦਾਂ ਇਹਨਾਂ ਦੀਆਂ ਕੌਮਾਂ ਹੈਗੀਆਂ ਨੇ ਜਿਹੜੇ ਇਹਨਾਂ ਨੂੰ ਉਹੀ ਕਰ ਸਕਦੇ ਨੇ ਬੰਮ ਦਾ ਕੰਮ। ਅਤੇ ਇਹ ਹੈਗਾ, ਇਹ ਜਿਹੜਾ ਨਾ ਬੰਮ ਜਿਹੜਾ ਹੈਗਾ, ਇਹਨਾਂ ਨੂੰ ਪੁੱਛੇ ਕਈ ਜਿਹੜੇ ਕੰਮ ਕਰਨ ਵਾਲੇ, ਇਹਨਾਂ ਨੂੰ ਪੁੱਛੇ ਤੁਹਾਡੀ ਜਾਤੀ ਕੀ ਹੈਗੀ, ਬੜਾ ਕਹਿੰਦੇ ਕਿ ਬ੍ਰਾਹਮਣ ਜੀ। ਮੈਂ ਕਿਹਾ ਬ੍ਰਾਹਮਣ ਦਾ ਵਰਨ ਹੈਗਾ, ਮੈਂ ਹੁਣ ਬ੍ਰਾਹਮਣ ਵਰਨ ਦਾ ਕੰਮ ਕਰ ਰਿਹਾ ਨਾ, ਪ੍ਰਚਾਰ ਕਰ ਰਿਹਾ, ਬ੍ਰਾਹਮਣ ਵਰਨ ਦਾ ਕੰਮ ਕਰ ਰਿਹਾ, ਮੈਂ ਬ੍ਰਾਹਮਣ ਨਹੀਂ ਹੈਗਾ। ਕੌਣ? ਜੱਟ। ਮੈਂ ਜਿਸਮ ਦਾ ਬ੍ਰਾਹਮਣ ਨਹੀਂ, ਮੈਂ ਮਨ ਦਾ ਬ੍ਰਾਹਮਣ ਹੈਗਾ, ਜਿਸਮ ਦਾ ਮੈਂ ਜੱਟ ਹੈਗਾ। ਜੱਟ ਜੰਮਿਆ, ਜੱਟ ਮਰੇਗਾ। ਅਤੇ ਜਿਹੜੇ ਕਹਿੰਦੇ ਸੀ ਬ੍ਰਾਹਮਣ ਹੈਗੇ ਨੇ, ਜਦੋਂ ਪੁੱਛੀਦਾ ਉੱਤੇ ਸੌਰ ਗੌਰ ਤਾਂ ਨਹੀਂ ਜਾਂ ਸਾਫ ਸੁਥ ਤਾਂ ਨਹੀਂ, ਫਿਰ ਦੱਸਦੇ ਨੇ ਵੀ ਹਾਂ ਸਾਡੀ ਮੇਰੀ ਕੌਮ ਆ ਆਏਗੀ ਕੋਲ, ਫਿਰ ਦੱਸਦੇ ਨੇ। ਯਾਨੀ ਕਿ ਕਬੀਰ ਜੀ ਨੇ ਕਿਹਾ ਨਾ, ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਬ੍ਰਾਹਮਣ ਕਹਿ ਕਹਿ ਕੇ ਆਪਣਾ ਜਨਮ ਨਾ ਖੋਲਾ ਤੂੰ। ਅਤੇ ਜਿਹੜੇ ਆਪਣੀ ਜਾਤੀ ਭੁੱਲ ਜਾਣਗੇ, ਆਪਣਾ ਬੀ ਭੁੱਲ ਕੇ, ਉਹ ਮਾਰੇਗਾ। ਬ੍ਰਹਮ ਜੋ ਬ੍ਰਹਮ ਵਿਚਾਰੇ, ਆਪ ਸਰੇ ਸਗਲੇ ਕੋਲ ਤਾਰੇ, ਆਪ ਤਰਦਾ ਹੈਗਾ ਨਾਲ ਦੂਜਿਆਂ ਨੂੰ ਤਾਰਦਾ ਹੈ। ਕਿਉਂ? ਆਹ ਜਿਹੜੀ ਧਰਤੀ ਬੰਦਿਆਂ ਦੇ ਪੁੱਤਰ ਦੀ ਹੈਗੇ, ਜੇ ਤੁਸੀਂ ਬੰਦੇ ਦੇ ਪੁੱਤਰ ਬਣੋਗੇ, ਯਾਨੀ ਕਿ ਸ਼ਿਵ ਸ਼ਿਵ ਸੈਨਾ, ਜਦੋਂ ਸ਼ਿਵ ਸੈਨਾ ਬਣੋਗੇ ਤਦ ਤੁਸੀਂ ਇੱਥੇ ਆਰਾਮ ਨਾਲ ਰਹੋਗੇ। ਸ਼ਿਵ ਸੈਨਾ ਜਿਹੜੇ ਨਹੀਂ ਹੈਗੀ, ਸ਼ਿਵ ਸੈਨਾ ਜਿਹੜੀ ਬੋਧੀ 'ਤੇ ਜਨੌਰ ਰੱਖਿਆ ਅਤੇ ਸ਼ਿਵ ਸੈਨਾ ਬਣੇ ਫਿੱਟੇ ਨੂੰ। ਸ਼ਿਵ ਸੈਨਾ ਦਾ ਜਿਹੜਾ ਹੈਗਾ ਕੰਮ ਕਰਨਾ ਹੈਗਾ, ਉਹ ਜੱਟਾਂ ਨੇ ਕਰਨਾ ਹੈਗਾ। ਅਸਲ ਜਿਹੜੀ ਹੈਗੀ, ਜਿਹੜੀਆਂ ਕੌਮ ਹੈਗੀ ਨਾ, ਜਿਹੜੀ ਕਿ ਸ਼ਿਵ ਸੈਨਾ ਦਾ ਜ਼ਿਆਦਾ ਕੰਮ ਕਰ ਰਹੀ, ਉਹ ਜੱਟ ਹੈਗੇ ਨੇ। ਆਪ ਤਰੇ ਸਗਲੇ ਕੋਲ ਤਾਰੇ, ਦਾਨਿਸ਼ਮੰਦ ਸੋਈ ਦਿਲ ਧੋਵੇ। ਦਾਨਿਸ਼ਮੰਦ ਉਹ ਵੀ ਹੈਗਾ, ਪਹਿਲਾਂ ਜਿਹੜਾ ਦੱਸਿਆ ਨਾ ਉਹਨੇ, ਬ੍ਰਾਹਮਣ ਦਾ ਕੰਮ, ਬ੍ਰਾਹਮਣ ਦਾ ਕੰਮ ਹੈ ਸਰੀਰ ਨਾਲ, ਅਤੇ ਹੁਣ ਹੈਗਾ ਮਨ ਦੇ ਬਾਰੇ ਦੱਸ ਰਹੇ ਨੇ। ਦਾਨਿਸ਼ਮੰਦ ਸੋਈ ਦਿਲ ਧੋਵੇ, ਉਹ ਜਿਹੜਾ ਆਪਣਾ ਦਿਲ ਧੋਵੇ, ਸਿੱਖ ਦਾ ਕੰਮ ਹੈਗਾ ਆਪਣਾ ਦਿਲ ਧੋਣਾ, ਅਤੇ ਜਿਹੜਾ ਹੁੰਦਾ ਹੈਗਾ ਹਿੰਦੂ ਦਾ ਕੰਮ ਹੈਗਾ, ਉਹ ਆਪਣਾ ਤਨ ਤਨ ਧੋਂਦਾ ਹੈਗਾ ਤਨ। ਅਤੇ ਇਸੇ ਕਰਕੇ ਜਿਹੜਾ ਹੈਗਾ ਆਪਣੇ
ਤੰਤ ਉੱਤਰ ਜਾਂਦਾ ਜੋ ਤੁਸੀਂ ਬ੍ਰਾਹਮਣ ਦੇ ਜੋ ਕਹਿੰਦਾ ਉਹ ਕਰੋ, ਯਾਨੀ ਉਹਦੇ ਜੋ ਵੀ ਕਹਿੰਦਾ ਨਾ ਉਹ ਕਰੋਗੇ, ਉਹ ਤੁਹਾਡਾ ਸਕੂਲ ਟੀਚਰ ਹੈਗਾ, ਮਾਸਟਰ ਹੈਗਾ, ਮਾਸਟਰ ਦੇ ਆਖੇ ਲੱਗੋਗੇ, ਉਹ ਫਿਰ ਤੁਹਾਨੂੰ ਦੱਸੂਗਾ ਕਿ ਆਹ ਕਰਨੇ, ਆਪ ਜਲਦੀ ਆਪ ਹਿਪੋਕ੍ਰੇਟ ਹੁੰਦਾ ਹੈਗਾ ਬ੍ਰਾਹਮਣ, ਆਪ ਹਿਪੋਕ੍ਰੇਟ, ਆਪ ਨਹੀਂ ਕਰਦੇ ਉਹ, ਆਪ ਹੋਰ ਕਰਦੇ ਅਤੇ ਦੂਜਿਆਂ ਨੂੰ ਹੋਰ ਦੱਸਦੇ। ਇਸੇ ਕਰਕੇ ਜੀਜੇ ਨੇ ਕਿਹਾ ਡੂ ਵਟ ਯੂਅਰ ਰੱਬ ਆਈ ਟੈਲ ਯੂ ਟੂ ਡੂ, ਬਟ ਡੋਂਟ ਫਾਲੋ ਹਿਜ਼ ਐਗਜ਼ਾਮਪਲ, ਜਿੱਦਾਂ ਉਹ ਹੈਗਾ ਉੱਦਾਂ ਦਾ ਨਹੀਂ ਬਣਨਾ। ਜੇ ਉਹ ਚੰਗਾ ਹੁੰਦਾ ਤਾਂ ਫਿਰ ਸਤਿਗੁਰੂ ਨੂੰ ਆਉਣ ਦੀ ਕੀ ਲੋੜ ਸੀਗੀ, ਉਹ ਨਿਕੰਮੇ ਹੋਏ ਤਾਂ ਫਿਰ ਸਤਿਗੁਰੂ ਆਉਂਦਾ ਹੈਗਾ। ਉਹਨਾਂ ਦੀ ਸੁਣੋ, ਚੰਗੀ ਜਿਹੜੀ ਗੱਲ ਇਹ ਰੱਖੋ ਮਨ ਦੀ ਗੱਲ, ਇੱਕ ਕੰਨੋ ਸੁਣੋ ਦੂਜੇ ਕੰਨੋ ਕੱਢ ਦਿਓ। ਆਪ ਚਲੇ ਸਗਲ ਕੋਟ ਸਾਰੇ, ਦਾਨਿਸ਼ਮੰਦ ਸੋਈ ਦਿਲ ਤੋਂ, ਉਹੀ ਅਕਲਮੰਦ ਹੈਗਾ ਜਿਹੜਾ ਆਪਣਾ ਦਿਲ ਤੋਂ ਹੁੰਦਾ ਹੈਗਾ। ਫਿਰ ਦਿਲ ਤੋਂ ਉਹਨਾਂ ਕੀ ਹੁੰਦਾ ਹੈਗਾ, ਫਿਰ ਆਪਣੀ ਮੁਸਲਮਾਨ ਬਣਦਾ, ਫਿਰ ਆਦਮੀ ਮੁਸਲਮਾਨ ਬਣ, ਮੁਸਲਮਾਨ ਸੋਈ ਮਲਤ ਹੋਵੇ, ਉਹ ਮੁਸਲਮਾਨ ਉਹੀ ਹੈਗਾ ਜਿਹੜਾ ਆਪਣੀ ਮਲਤ ਮਲਤ ਹੁੰਦਾ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਦੇ ਮਲ ਦਿਲ ਦੇ ਹੋਵੇ, ਉਹਨੂੰ ਮੁਸਲਮਾਨ ਕਹਿੰਦੇ। ਇਹ ਨਹੀਂ ਆ ਜਿਹੜੇ ਮੁਹੰਮਦੀ ਫਿਰਦੇ ਨੇ, ਇਹ ਮੁਸਲਮਾਨ ਨਹੀਂ ਹੈਗੇ, ਇਹ ਕਾਫਰ ਹੈਗੇ ਨੇ, 99.99% ਕਾਫਰ ਹੈਗੇ। ਮੁਸਲਮਾਨ ਕੋਟੋ ਮੇਂ ਏਕ ਮਿਲਤਾ ਗਾ, ਤਦੇ ਸਤਿਗੁਰ ਗਾਣੇ ਚ ਕਹਿੰਦੇ ਮੁਸਲਮਾਨ ਕਹਾਵਣ, ਬੜਾ ਮੁਸ਼ਕਲ ਹੈਗਾ ਕਹਾਵਣ ਆਪਣੇ ਆਪ ਨੂੰ ਮੁਸਲਮਾਨ। ਇਸ ਕਰਕੇ ਇਹਨਾਂ ਨੂੰ ਮੁਸਲਮਾਨਾਂ ਕਹੋ, ਇਹਨਾਂ ਨੂੰ ਮੁਹੰਮਦੀ ਕਹੋ। ਅਤੇ ਮੈਂ ਜਦੋਂ ਆਉਂਦੇ ਕੋਈ ਕਰਦੇ ਮਿਲਣਾ, ਮੈਂ ਵੀ ਕਹਿਣਾ ਮੈਂ ਵੀ ਮੁਸਲਮਾਨ ਹੈਗਾ, ਅਤੇ ਮੈਂ ਅੱਲਾ ਜਗ੍ਹਾ ਅੱਲਾ ਮੇਰੇ ਜਗ੍ਹਾ। ਉਹਨਾਂ ਨੂੰ ਕਹਿੰਦਾ ਅੱਲਾ ਝੂਠ ਬੋਲਦਾ ਹੈਗਾ, ਅੱਲਾ ਕਿਉਰ ਹੈਗਾ। ਜਦੋਂ ਕਹਿੰਦੇ ਨਹੀਂ, ਫਿਰ ਕਹਿੰਦੇ ਜੇ ਤੁਸੀਂ ਉੱਦਾਂ ਦੇ ਹੈਗੇ ਤਦ ਮੈਂ ਤੁਹਾਨੂੰ ਮੁਸਲਮਾਨ ਕਹਾਂਗਾ, ਨਹੀਂ ਤਾਂ ਤੁਸੀਂ ਕਾਫਰ ਹੈਗੇ ਆ, ਚੋਰ ਹੈਗੇ ਆ, ਕਾਫਰ। ਫਿਰ ਦੌੜ ਜਾਂਦੇ ਨੇ, ਯਾਨੀ ਕਿ ਤੁਹਾਨੂੰ ਪਤਾ ਹੋਣਾ ਜੇਕਰ ਤੁਸੀਂ ਕੀ ਬੋਲਣਾ ਹੈਗਾ, ਫਿਰ ਗੱਲ ਬਣਦੀ। ਐਵੇਂ ਦੇ ਤੁਸੀਂ ਆਤਾਰ ਉਹਨਾਂ ਦੇ ਚੱਕਰ ਲਾਓ, ਉਧਰੋਂ ਉਹ ਬੋਲੀ ਜਾਂਦੇ ਨੇ, ਉਧਰ ਉਹ ਬੋਲੀ ਜਾਂਦੇ। ਮੈਂ ਉੱਥੇ ਜਾਂਦਾ ਹੁੰਦਾ ਹਾਈਟ ਪਾਰਕ ਕੋਰਨਰ ਲੰਡਨ, ਉੱਥੇ ਹੁੰਦਾ ਥੋੜ੍ਹਾ ਜਿਹਾ ਮਜ਼ਬੀ ਚੱਲਦਾ ਹੁੰਦਾ, ਉੱਥੇ ਬਹਿਸ ਮੁਬਾਸਾ। ਉਹ ਦੇਖੀਦਾ ਇੱਕ ਤਾਂ ਬਾਈਬਲ ਫੜੀ ਹੁੰਦੀ ਹੈ, ਦਾਤੇ ਵਿੱਚ ਕੁਰਾਨ ਸ਼ਰੀਫ ਪੜਿਆ ਹੁੰਦਾ, ਉਹ ਪੜ੍ਹੀ ਜਾਂਦੇ ਇੱਕ ਦੂਜੇ ਚ, ਫਲਾਨਾ ਆਹ ਲਿਖਿਆ, ਫਲਾਨਾ ਆਹ ਲਿਖਿਆ ਹੈਗਾ, ਦੋਨੋਂ ਅੰਨੇ। ਅਤੇ ਮੈਂ ਮੇਰੇ ਕੋਲ ਜਾਂਦੇ, ਮੈਂ ਕਹਿੰਦਾ ਮੈਂ ਮੁਸਲਮਾਨ ਹੈਗਾ, ਸੂਫੀ ਮੁਸਲਮਾਨ ਹੈਗਾ। ਅਤੇ ਜਦੋਂ ਉਹਨਾਂ ਨੇ ਫਿਰ ਦੱਸੀਦਾ ਉਹਨਾਂ ਦੇ ਹੱਜ ਦੇ ਬਾਰੇ ਦੱਸੀਦਾ, ਹੋਰਾਂ ਗੱਲਾਂ ਬਾਰੇ ਦੱਸੀਦਾ, ਫਿਰ ਹੈਰਾਨ ਹੁੰਦੇ ਨੇ। ਇਹ ਹੁੰਦਾ, ਇਹ ਬਹੁਤ ਚੰਗਾ ਸਬਜੈਕਟ ਹੈਗਾ ਜੇ ਕੋਈ ਇਹਦੇ 'ਚ ਧਿਆਨ ਕਰੇਗਾ। ਮੁਸਲਮਾਨ ਸੋਈ ਮਲਤ ਹੋਵੇ, ਜਿਹੜਾ ਮੁਸਲਮਾਨ ਮੋਮਜ਼ੋਰ ਹੋਵੇ, ਅੰਤਰ ਦੀ ਮਲ ਡਿੱਤੇ ਹੋਵੇ, ਕਾਮ ਕਰੋ ਲੋ ਮੋਹ ਕਰ, ਪੜਿਆ ਬੂਝੇ ਸੋ ਪ੍ਰਵਾਨ। ਉਹੀ ਪੜਿਆ ਬੂਝੇ ਜਿਹੜਾ ਹੈਗਾ ਪ੍ਰਵਾਨ ਹੈਗਾ, ਜਿਹੜਾ ਸਿੱਧੇ ਰਾਹ ਚੱਲਦਾ ਹੈਗਾ, ਉਲਟੇ ਰਾਹ ਨਹੀਂ ਜਾਂਦਾ। ਜਿਸ ਸਿਰ ਦਰਗਾਹ ਕਾ ਨਿਸ਼ਾਨ, ਜਿਸ ਦਰਗਾਹ ਦਾ ਨਿਸ਼ਾਨ, ਦਰਗਾਹ ਦਾ ਨਿਸ਼ਾਨ ਹੈਗਾ ਜਿਹੜਾ ਕਿ ਉਹਦਾ ਪੁੱਤਰ ਹੈਗਾ ਪਾਰ ਬ੍ਰਹਮ ਦਾ, ਪਾਰ ਬ੍ਰਹਮ ਦਾ ਪੁੱਤਰ ਹੋਏਗਾ ਤਾਂ ਫਿਰ ਉਹਦਾ ਨਿਸ਼ਾਨ ਹੋਏਗਾ ਨਾ। ਇਹ ਜਿਹੜੀਆਂ ਚੀਜ਼ਾਂ ਦੱਸਦਿਆਂ ਪਾਰ ਬ੍ਰਹਮ ਦੀਆਂ ਦੱਸ ਰਿਹਾ ਮੈਂ, ਪਾਰ ਦਾ ਪੁੱਤਰ ਹੀ ਦੱਸੂਗਾ ਤੁਹਾਨੂੰ, ਹੋਰ ਤਾਂ ਨਹੀਂ ਕੋਈ ਦੱਸ ਸਕਦਾ। ਪਾਰ ਬ੍ਰਹਮ ਦੇ ਪੁੱਤਰ ਨੂੰ ਕਹੀਦਾ ਕ੍ਰਾਈਸਟ ਜਾਂ ਸਤਿਗੁਰੂ। ਇਸ ਕਰਕੇ ਨਾਨਕ ਜਿਹੜੇ ਸੀ ਪਾਰ ਬ੍ਰਹਮ ਦੇ ਪੁੱਤਰ ਸਨ, ਉਹਨਾਂ ਦਾ ਸੀ ਸਤਿਗੁਰੂ ਸੀਗਾ, ਗੁਰੂ ਨਹੀਂ ਸੀਗਾ। ਗੁਰੂ ਹੁੰਦਾ ਮਾਤਾ ਪਿਤਾ ਅਤੇ ਪੰਡਿਤ, ਜਿਹੜੇ ਸਰੀਰ ਨੂੰ ਸਿੱਖਿਆ ਦਿੰਦੇ ਨੇ, ਉਹ ਮਨ ਨੂੰ ਦਿੰਦੇ ਸੀ, ਉਹ ਸਤਿਗੁਰੂ ਸੀਗੇ। ਸਤਿਗੁਰੂ ਨੂੰ ਅੰਗਰੇਜ਼ੀ 'ਚ ਕ੍ਰਾਈਸਟ ਕਹਿੰਦਾ ਹੈਗਾ। ਇਸ ਨਾਨਕ ਜਿਹੜੇ ਸੈਕਿੰਡ ਕਰਨੇਗਾ ਬੀਜੇ ਜਗ੍ਹਾ। ਅਤੇ ਹਰਿਮੰਦਰ ਸਾਹਿਬ ਛੋਟਾ ਹੈਗਾ ਇਸੇ ਕਰਕੇ ਕਿ ਇੱਥੇ ਸਾਈ ਦਾ ਉੱਥੇ ਹੁੰਦਾ ਸੀਗਾ, ਹੋਲੀਐਸਟ ਆਫ ਹੋਲੀ ਜਰੂਸਲਮ ਵਿੱਚ, ਉਹ ਟੱਟ ਗਿਆ ਸੀ 70 ਸਾਲੇ 'ਚ। ਅਤੇ ਜੀਜੇ ਕਹਿ ਕੇ ਅਸੀਂ ਫਿਰ ਨਹੀਂ ਇੱਥੇ ਬਣਨਾ, ਇੱਥੇ ਹੁਣ ਇੱਕ ਇੱਟ ਤੇ ਦੂਜੀ ਇੱਟ ਨਹੀਂ ਰਹਿਣੀ। ਹੁਣ ਉਹਨਾਂ ਨੂੰ ਟਰੰਪ ਕਰ ਗਿਆ ਹੈਗਾ ਇਸ ਸਾਲ,
ਤੇ ਉਹ ਕੈਪਟਨ ਬਣਾ ਗਿਆ ਨੇ ਜਰੂਰ ਨੂੰ, ਤੇ ਹੁਣ ਜਿਹੜਾ ਟ੍ਰਿਬੂਲੇਸ਼ਨ ਪੀਰੀਅਡ ਇਨ ਟ੍ਰਿਬੂਲੇਸ਼ਨ, ਇਜ਼ਰਾਈਲ 70 ਸਾਲ ਤਾਈਂ ਉਹ ਸੇਫ ਸੀਗਾ, 70 ਸਾਲ ਤਾਈਂ ਕੋਈ ਹੱਥ ਨਹੀਂ ਸੀ ਲਾ ਸਕਦਾ। ਹੁਣ ਤੁਸੀਂ ਦੇਖਿਆ ਜੇ ਇਹਦੇ ਪੈਰ ਕਿੱਦਾਂ ਥੜਕਦੇ ਨੇ, ਲੋਕਾਂ ਨੇ ਇਹਦੇ 'ਤੇ ਪੈਣਾ ਹੈਗਾ, ਝੜਪਾਂ ਮਾਰਨੀਆਂ ਹੈਗੀਆਂ ਨੇ, ਇਹਦੇ ਕੋਲ ਡਿਫੈਂਡ ਨਹੀਂ ਹੋਣਾ। ਫਿਰ 2023 'ਚ ਅਟੋਮਿਕ ਬੰਬ ਲਿਖੀ ਗਈ, 14 ਮਈ 2023। ਇਸ ਕਰਕੇ ਜਿਹੜਾ ਹੈਗਾ ਪਾਰ ਬ੍ਰਹਮ ਦਾ ਨਿਸ਼ਾਨ ਉਹੀ ਹੈਗਾ ਜਿਹੜਾ ਤੁਹਾਨੂੰ ਪਾਰ ਬ੍ਰਹਮ ਦੀਆਂ ਤਰੀਫਾਂ ਦੱਸਦਾ ਹੈਗਾ, ਕਰੈਕਟਰਿਸਟਿਕ ਦੱਸਦਾ ਹੈਗਾ ਜਿਹੜਾ, ਕਿਉਂ ਉਹ ਜਾਣਦਾ ਪਾਰ ਬ੍ਰਹਮ, ਪਾਰ ਬ੍ਰਹਮ ਉਹਨੂੰ ਜਾਣਦਾ, ਉਹਦੇ ਅੰਦਰ ਹੈਗਾ। ਇਹ ਹਰਿਮੰਦਰ ਹੈਗਾ ਨਾ, ਹਰਿਮੰਦਰ ਦੇ ਅੰਦਰ ਹੜ ਹੈਗਾ, ਇਸ ਕਰਕੇ ਗੁਰਤਾ ਕਾ ਉਹ ਹੜ ਦੇ ਮਨ ਜਨ ਵਸਾਇਆ, ਹਰੀ ਦੇ ਨਹੀਂ, ਹਰੀ ਹਰੀ ਓਮ ਸ਼ਾਂਤੀ ਤਾਂ ਹਿੰਦੂਆਂ ਦਾ ਹੈਗਾ, ਉਹ ਵੱਖਰਾ ਹੈਗਾ। ਇਹ ਹੈਗੀ ਇਹਦੀ ਬਾਣੀ, ਤੇ ਹੋਪ ਯੂ ਇੰਜੋਏ ਇਟ।